ਬੀਜੇਪੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਹਾਰਨਗੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਸੀਟ ਤੋਂ ਹਾਰ ਰਹੇ ਸਨ, ਜਿਸ ਕਾਰਨ ਉਹ ਉੱਥੋਂ ਚੀਟ ਛੱਡ ਕੇ ਭੱਜੇ ਨੇ। ਉਹਨਾਂ ਕਿਹਾ ਕਿ ਰਾਏਬਰੇਲੀ ਦੇ ਲੋਕ ਵੀ ਰਾਹੁਲ ਗਾਂਧੀ ਨੂੰ ਭਜਾਉਣਗੇ। ਦੱਸਦੇ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਰਾਏਬਰੇਲੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਰਾਹੁਲ ਗਾਂਧੀ ਜੀ ਵਾਇਨਾਡ ਤੋਂ ਬੁਰੀ ਤਰ੍ਹਾਂ ਚੁਣਾਵ ਹਾਰ ਰਹੇ ਨੇ, ਇਸ ਕਰਕੇ ਹੁਣ ਵਾਇਨਾਡ ਵੀ ਛੱਡ ਕੇ ਭੱਜੇ ਨੇ ਔਰ ਅੱਜ ਰਾਏਬਰੇਲੀ ਤੋਂ ਆਪਣਾ ਨੋਮੀਨੇਸ਼ਨ ਭਰਨ ਜਾ ਰਹੇ ਨੇ। ਕਾਂਗਰਸ ਦੇ ਹਾਲਾਤ ਐਡੇ ਮਾੜੇ ਨੇ, ਅਮੇਠੀ ਸੀਟ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ 40 ਸਾਲ ਤੋਂ ਸੀਟ ਰਹੀ, ਹੁਣ ਉੱਥੇ ਕੋਈ ਚੁਣਾਵ ਲੜਨ ਨੂੰ ਕਾਰਜਕਰਤਾ ਤਿਆਰ ਨਹੀਂ ਅਤੇ KL ਸ਼ਰਮਾ ਜੀ ਨੂੰ ਪੰਜਾਬ ਤੋਂ ਉੱਥੇ ਚੁਣਾਵ ਲੜਨ ਨੂੰ ਭੇਜਿਆ ਗਿਆ ਹੈ। ਪਰ ਮੈਂ ਦੱਸਣਾ ਚਾਹੁੰਦਾ, ਜਿਹੜੇ ਅਮੇਠੀ ਛੱਡ ਕੇ ਭੱਜੇ, ਹੁਣ ਵਾਇਨਾਡ ਛੱਡ ਕੇ ਭੱਜੇ, ਰਾਏਬਰੇਲੀ ਦੇ ਲੋਕ ਵੀ ਛੇਤੀ ਰਾਹੁਲ ਗਾਂਧੀ ਨੂੰ ਉੱਥੋਂ ਭਜਾਉਣਗੇ। ਐਰ ਕੀ ਰਾਹੁਲ ਗਾਂਧੀ ਜੀ ਉੱਥੋਂ ਵੱਡੇ ਮਾਰਜਨ ਨਾਲ ਹਾਰਨਗੇ, ਕਿਉਂਕਿ ਜਿਹੜਾ ਬੰਦਾ ਆਪਣੀ ਇੱਕ ਸੀਟ 'ਤੇ ਨਹੀਂ ਟਿਕ ਸਕਦਾ, ਉਹ ਬੰਦਾ ਦੇਸ਼ ਦੀ ਕਿਵੇਂ ਚਿੰਤਾ ਕਰ ਸਕਦਾ? ਉਹ ਦੇਸ਼ ਦੇ ਲੋਕਾਂ ਨੂੰ ਕਿਵੇਂ ਗਿਆਨ ਦੇ ਸਕਦਾ ਹੈ? ਜਿਹੜਾ ਆਪਣੇ ਇੱਕ ਕੌਨਸਟੀਚੁਐਂਸੀ ਤੱਕ ਨੂੰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨੂੰ ਸੰਭਾਲਣ ਦੀ ਗੱਲ ਕਰੇਗਾ? ਰਾਹੁਲ ਗਾਂਧੀ ਬੁਰੀ ਤਰ੍ਹਾਂ ਤੋਂ ਰਾਏਬਰੇਲੀ ਤੋਂ ਵੀ ਹਾਰਨਗੇ।